महाकुंभ हो जा रहा है, कहते बड़े लखां दे इनाम होणगे पिंड गोलियां दी धरती दे। विशेष सम्मान कांता पक्षी जगजीत गिल कनेडा रायवीर कनेडा कुलदीप बराड़ सारे भरावां दा धन्नवाद कनेडा वाले भरावां दा। अज वधिया खेड मेला है पक्षी कला की धरती ते। मेरी बेनती है भी जेतू रंग के टाइया पा दो भरा बन के जेतू रंग के टाइया पा दो भाई फौजी भाई मिठू टाइया पा दो। ਕਿਹੜਾ ਚੈਨਲ ਆ ਕਬੱਡੀ ਡੋਟ ਟੀਵੀ ਆ ਡੋਟ ਟੀਵੀ ਵਾਲੇ ਟੀਵੀ ਬਣਾਈ ਬੈਠੇ ਆ ਉਧਰ ਸਰਪੰਚ ਸਾਹਿਬ ਜਿਹੜਾ ਕਬੱਡੀ ਆ ਵੀ ਭਰਾ ਪੁੱਜਿਆ ਕਿੰਨੇ ਕਿਲੋ ਦਾ ਰੱਖਿਆ ਕਿੰਨਾ ਟੂਰਨਾਮੈਂਟ ਦਾ ਟੂਰਨਾਮੈਂਟ ਹੈ 45 ਕਿਲੋ 60 ਕਿਲੋ ਤੇ 75 ਕਿਲੋ। ਅੱਛਾ ਆ ਮੈਚ ਕਿੰਨੇ ਪਲੇਅਰ ਬਾਹਰੋਂ ਉਧਰ ਸਨੇਰ ਹਾਂਜੀ ਕਿੰਨੇ ਪਲੇਅਰ ਬਾਹਰੋਂ ਦੋ ਪਲੇਅਰ ਬਾਹਰੋਂ ਨਾਲ 7 ਰੱਖਦੇ ਅਗਲੇ ਮੈਚ ਮਗਰਰ ਕਰਤੀਆਂ ਅਗਲੇ ਟੂਰਨਾਮੈਂਟ ਦੀਆਂ ਵੀ ਉਹ ਵੀ ਇਹਨਾਂ ਦਿਨਾਂ 'ਚ ਹੋਊਗਾ ਇਸੇ ਡੇਟ 'ਚ ਹੋਊਗਾ ਜੀ ਇਹ ਲੱਗਦਾ ਦੂਜਾ ਦਾ ਤੀਸਰਾ ਕਰਾਵਾਂਗੇ ਅਸੀਂ ਉਹ ਕਬੱਡੀ ਓਪਨ ਵੀ ਕਰਾਵਾਂਗੇ ਨੈਕਸਟ ਈਅਰ। ਓਕੇ ਤੇ ਕਿਵੇਂ ਲੱਗ ਰਿਹਾ ਟੂਰਨਾਮੈਂਟ? ਵਧੀਆ ਲੱਗ ਰਿਹਾ। ਉਧਰ ਵਿਸ਼ੇਸ਼ ਨਾਮ ਵਾਲੇ ਪਲੇਅਰ ਆਏ ਨਾਮਵਰ ਪਲੇਅਰ 75 ਕਿਲੋ ਦੇ ਆਏ ਉਹਨਾਂ ਬਾਰੇ ਨਹੀਂ ਜਾਣਦੇ। ਓਕੇ ਠੀਕ ਹੈ ਓਕੇ ਤੇ ਸਾਰਾ ਟੂਰਨਾਮੈਂਟ ਠੀਕ ਦਾ ਸਭ ਕੀ ਹਾਲ ਚਾਲ? ਠੀਕ ਠਾਕ ਕੀ ਹੁੰਦਾ? ਬਹੁਤ ਵਧੀਆ ਕੀ ਚੱਲ ਰਿਹਾ ਹੈ ਸਾਡੇ ਭਰਾਵਾਂ ਵੱਲੋਂ ਅੱਜ ਦੇ ਟੂਰਨਾਮੈਂਟ ਦੀ ਕੀ ਖੂਬੀ ਹੈ ਮਤਲਬ ਜਿਵੇਂ ਵੇਟ ਵਾਲੇ ਹੋ ਰਹੇ ਆ ਮੈਚ? ਵੇਟ ਵਾਲੇ ਮੈਚ ਸੋਹਣੇ ਹੋ ਰਹੇ ਆ ਜੀ ਸਮਾਂ ਬਹੁਤ ਖੁੱਲਾ ਮਿਲ ਰਿਹਾ ਜੀ ਮਾਣੂ ਘਰ ਦੇ ਗਲਾਸ ਹੈ ਤੇ ਬਾਕੀ ਦਰਸ਼ਕ ਆ ਜਿਹੜੇ ਉਹ ਕੋਈ ਵੀ ਨਾ ਕਮੇਟੀ ਵਾਲੇ ਤੇ ਗਰਾਊਂਡ ਦੇ ਵਿੱਚ ਨਹੀਂ ਆਇਆ ਜੀ ਮੈਚ ਬਹੁਤ ਸੋਹਣਾ ਚੱਲ ਰਿਹਾ ਬਿਨਾਂ ਰੋੜੇ ਰੱਪੇ ਤੋਂ ਬਹੁਤ ਬੇਨਤੀ ਹੈ ਕਿਉਂਕਿ ਗੁਰੂ ਘਰ ਦੇ ਗਲਾਸ ਹੈ ਰੈਫਰੀ ਦਾ ਫੈਸਲਾ ਟੱਲ ਮੰਨ ਰਹੇ ਆ ਪਲੇਅਰ ਹਾਂ ਰੈਫਰੀ ਦਾ ਫੈਸਲਾ ਟੱਲ ਹੈ ਜੀ ਅੰਦਰ ਕੋਈ ਪਲੇਅਰ ਨਹੀਂ ਦੇਖਣਾਗਾ ਵੀ ਬਹੁਤ ਸੋਹਣੇ ਮੈਚ ਤੇ ਵਧੀਆ ਹੋ ਰਿਹਾ ਤੇ ਰੀਪਲੇ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਜੀ ਇਹ ਅੰਦੇ ਵੀ ਰੈਫਰੀ ਦਾ ਫੈਸਲਾ ਜੋ ਅਟਾਲੀ ਹੋਊਗਾ ਜੀ। ओके पर एक अदा रीप्ले तक कर लेना चाहिए जो मैच फंसा होवे अते ते कुछ भी बंदा नहीं मैच ना हो जाए ते असि आप रेफरीयां मन्नू लेके रीप्ले जी असि ओ रीप्ले देख लेने आप जी। हां जदों एक पासा मैच ही एक पासड़ हो गया बड़ा विचक्कर एक तरफा हो जांदा फिर तो नहीं ते पर जे सब ਗਿਲਜੇਵਾਲ ਦੇ ਰਹਿੰਦੇ ਪਲੇਅਰ ਜਿਹੜੀ ਖੇਡਣਾ ਤੇ ਵੀ ਤਾਂ ਟੂਰਨਾਮੈਂਟ ਹੋਣੇ ਚਾਹੀਦੇ ਜਿਹੜੇ ਨਵੇਂ ਮੁੰਡਿਆਂ ਨੂੰ ਮੌਕਾ ਮਿਲੇ। ਹਾਂ ਇਹ ਸੱਤ ਦੇ ਮੁੰਡੇ ਪਹਿਲੇ ਸੈਮੀ ਵਾਲੀ ਟੀਮਾਂ ਦੀ ਆਪਾਂ ਜੇ ਬਿੱਲੀ ਨੂੰ ਤਿਆਰ ਕਰਾਂਗੇ ਤੇ ਫਿਰ ਆਪਾਂ ਬਿੱਲੀ ਦੀ ਛੋਟੀ ਨੂੰ ਤਿਆਰ ਕਰਕੇ ਫਿਰ ਵਧੀਆ ਮੈਚ ਹੋ ਸਕਦੇ ਆ ਛੋਟੇ ਵੇਟ ਤੋਂ ਜੇ ਆਪਾਂ ਛੋਟੀ ਬਾਣ ਦੀ ਤਾਂ ਸਾਡੇ ਭਰਾ ਪਹੁੰਚੇ ਨੇ ਬਾਈ ਗੁੱਪੀ ਭਰਾ ਕਿਵੇਂ ਲੱਗ ਰਿਹਾ ਜੀ ਮੈਚ? ਬਹੁਤ ਵਧੀਆ ਲੱਗ ਰਿਹਾ ਨਿੱਕਾ ਗਿੱਲ ਮੈਚ ਪੂਰੇ ਫਸਨੇ ਸੀ ਅੱਜ ਜਿੰਦਰ ਗਿੱਲ ਸਾਨੂੰ ਤਾਂ ਸਾਡੀ 1 ਕਿਲੋ ਦਲੀਲ ਆ ਜੀ तकरीबन गिरजे टूरनामेंट दुनिया तक लेके जाओ 8000 60 ਦਾ ਸੈਮੀ ਪਿੱਪਣੀ ਤੇ ਬਾਬਾ ਕਾਨਵੀਰ ਕਬੱਡੀ ਕਲੱਬ
ਪੱਖੀ ਗੜਾ ਦੋਨਾਂ ਟੀਮਾਂ ਨੂੰ ਬੇਨਤੀ ਆ ਕਿਰਪਾ ਕਰਕੇ ਤਾਰਚਾਰੀ ਮਾ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਪੁੱਜਣ ਦੀ ਕਿਰਪਾਲਤਾ ਕਰੋ ਜੀ ਪਿੱਪੜੀ ਤੇ ਬਾਬਾ ਕਾਂਗੜ ਕਬੱਡੀ ਗਰਾਊਂਡ ਪੱਖੀ ਗੜਾ ਬਹੁਤ ਤਗੜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਰਪਾ ਕਰਕੇ ਜਿਨ੍ਹਾਂ ਵੀ ਵੀਰਾਂ ਦਾ ਸਾਥੀ ਆਰਡਰ ਕੀਤਾ ਹੋਇਆ ਵਾ ਉਹ ਆ ਖੇਡ ਕਬੱਡੀ ਦੇ ਗਰਾਊਂਡ ਤੋਂ ਦੂਰ ਦੂਰੀ ਬਣਾ ਕੇ ਰਹਿਣ ਜਿਨ੍ਹਾਂ ਦਾ ਸਾਥੀ ਆਰਡਰ ਡਰਿੰਕ ਕੀਤੀ ਹੋਈ ਹੈ ਜਿਨ੍ਹਾਂ ਦੀ ਦਾਰੂ ਪੀਤੀ ਪਈ ਹੈ ਜੇ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰ ਲਈਏ ਤਾਂ ਬਹੁਤ ਤਗੜੇ ਮੈਚ ਦੀ ਸ਼ੁਰੂਆਤ ਵੱਡੇ ਵੀ ਪੰਜੀ ਕਬੱਡੀ ਤੇ ਕਰੀਅਰ ਸਿਫਤ ਗੱਭਰੂ ਦੀ ਇੰਦਰ ਇੱਕ ਵਾਰ ਟੀਮਾਂ ਦੱਸ ਦੇ ਪਹਿਲਾ ਸੈਮੀ ਹੋ ਰਿਹਾ ਵਧੀਆ ਵਧੀਆ ਆਏ ਨਾ ਬੱਲੇ ਬੱਲੇ ਉਹ ਐਕਟਰਾ ਸੁਦੀਪ ਸਿੰਘ ਦਾ ਨਾਮ ਦਾ ਮੁੰਡਾ ਬੱਚਾ तैयार ਲੜਕਰਾ ਮਾਰਦੇ ਲੜਕਰਾ ਵਾਜੇ ਇਹਨਾਂ ਨੂੰ ਮੈਂ ਗੱਭਰੂ ਬੱਲੇ ਬੱਲੇ ਕਰਵਾਉਂਗਾ ਇਹਦਾ ਕਹਿੰਦੇ ਸਮੇਂ ਦੀ ਗੱਲ ਹੋਣੀ ਆ ਪਰ ਬੱਲੇ ਬੱਲੇ ਕਰਵਾਉਂਗਾ ਔਰ ਗੋਪੀ ਪੱਖੀ ਜੀ ਹਾਂ ਜੀ ਇੱਕ ਕਾਲੀ ਦਾ ਹੁਣ ਰਹਾ ਬਤਾਣਾ ਪਰ ਸੁਣ ਤੁਸੀਂ ਕਬੱਡੀ ਖੇਡ ਰਹੇ ਹੋ ਹਾਂ ਜੀ ਬਾਈ ਜੀ ਅੰਕ ਦਾ ਵਾਅਦਾ ਟੀਮ ਦੇ ਖਾਤੇ ਦੇ ਕੀ ਹੋਰ ਬੱਲੇ ਆਪਾਂ ਨੇ ਖੇਡਿਆ ਨਹੀਂ ਵਧੀਆ ਖੇਡਿਆ ਗਰੀਬ ਪਰਿਵਾਰ ਚੋਂ ਉੱਠ ਕੇ ਬਹੁਤ ਤਕੜੀ ਕਬੱਡੀ ਖੇਡੀ ਆਪਾਂ ਮਾਤ ਮਾਣਿਆ ਆਪਾਂ ਨੂੰ ਸਭ ਤੋਂ ਵੱਡਾ ਕਬੱਡੀ ਨੇ ਆਪਾਂ ਨੂੰ ਨਾਮ ਦਿੱਤਾ ਆਪਾਂ ਬਾਈ ਜਨਾ ਕਬੱਡੀ ਖੇਡੀ ਆ ਨੇਚਰ ਦੀ ਕਬੱਡੀ ਖੇਡੀ ਆ ਸਿਰਫ ਬਹੁਤ ਰਹੀ ਨਾਲ ਕਬੱਡੀ ਖੇਡੀ ਆ ਕੋਈ ਮੈਡੀਸਨ ਨਹੀਂ ਕੀਤਾ ਜ਼ਿੰਦਗੀ ਚ ਕੋਈ ਟੈਸਟ ਨਹੀਂ ਹੋਇਆ ਕਿ ਇਹਨੇ ਇਹਦਾ ਇੱਕ ਕਰਾ ਬਹੁਤ ਵਧੀਆ ਕਬੱਡੀ ਖੇਡੀ ਆ ਬਾਈ ਇੱਕ ਕਬੱਡੀ 70 75 ਬਹੁਤ ਤਕੜਾ ਖੇਡਿਆ ਬਾਈ ਸਾਡਾ ਟੀਮ ਨਾਲ ਮਾਇ ਲੱਗਿਆ ਜਿਵੇਂ ਸੰਦੀਪ ਤੋਤਾ ਸਾਡੇ ਨਾਲ ਬਹੁਤ ਵਧੀਆ ਦੇ ਪਲੇਅਰ ਖੇਡੇ ਲਾਡੀ ਮਾਰਦੇ ਤੇ ਜਿੰਨੇ ਵੀ ਟੈਸਟ ਦੇ ਸਾਡੇ ਨਾਲ ਖੇਡੇ ਸਾਰੇ ਬਾਈ ਬੱਸੇ ਵਾਲਾ ਸੰਦੀਪ ਨਾਲ ਮਾਇ ਲੱਗਿਆ ਤੇ ਜਾਦੇ ਅਰਗਣਾ ਵੀ ਲੱਗਿਆ ਮੈਚ ਬਾਈ 70 75 ਤੇ ਰਾਮ ਮਾਰੇ ਵਾਲਾ ਜਿੰਨੇ ਵੀ ਪਲੇਅਰ ਅਸਰਾਂ ਵਾਲੇ ਲੱਗਿਆ ਸਭ ਨਾਲ ਮਾਇ ਲੱਗੇ ਤੁਸੀਂ ਫਿਰ ਕਬੱਡੀ ਕਿਵੇਂ ਛੱਡੀ ਕਿਉਂ ਛੱਡੀ ਬਾਈ ਜੀ ਗਰੀਬੀ ਦੇ ਕਾਰਨ ਕਬੱਡੀ ਛੱਡੀ ਆ ਕਿਉਂਕਿ ਮੇਰੇ ਇੱਕ ਸੱਟ ਲੱਗੀ ਸੀਗੀ ਤੇ ਬਾਈ ਮੇਜਰ ਮਹੂਰ ਨੇ ਆਪਣਾ ਬਾਈ ਜੀ ਕੈਨੇਡਾ ਦਾ 70 ਦਾ ਵੀਜ਼ਾ ਲਵਾਇਆ ਸਤਾਉਣਾ ਸੀਗਾ ਤੇ ਮੇਰੇ ਪੈਰ ਦੀਆਂ ਉਂਗਲਾਂ ਟੁੱਟ ਗਈਆਂ ਇਹਦੇ ਕਰਕੇ ਬਾਈ ਆਪਾਂ ਨਹੀਂ ਜਾ ਸਕੇ ਤੇ ਫਿਰ ਕਿਸੇ ਨੇ ਬਾਣੀ ਫੜੀ ਨਹੀਂ ਬਾਈ ਉਦੋਂ ਬਾਅਦ ਕਿਸੇ ਨੇ ਬਾਣੀ ਫੜੀ ਹੁਣ ਬਾਈ ਆਪਦੀ ਬਸ ਦਿਹਾੜੀ ਮਜ਼ਦੂਰੀ ਕਰਦੇ ਆ ਤੇ ਜਾਂ ਬਾਈ ਜੀ ਆਪਾਂ 40 ਸਾਲੇ ਮੈਚ ਖੇਡਣੇ ਨੇ ਜਾਂ ਕਬੱਡੀ ਦੇ ਰੈਫਰੀ ਆ ਕਬੱਡੀ ਸੇਵਾ ਕਰਦੇ ਰੈਫਰੀ ਆ ਕਬੱਡੀ ਨਾਲ ਜੁੜੇ ਆ ਪਹਿਲਾਂ ਕਬੱਡੀ ਖੇਡੀ ਹੁਣ ਕਬੱਡੀ ਖੜਾ ਰਹੇ ਆ ਬਾਈ ਜੀ ਨਵੇਂ ਚੇਲੇ ਵੀ ਪੈਦਾ ਕੀਤੇ ਹਾਂ ਜੀ ਨਵੇਂ ਚੇਲਾ ਹੈਗੇ ਆ ਮੁੰਡੇ ਖੇਡੀ ਜਾਂਦੇ ਮੇਰੇ ਚੇਲੇ ਆ ਸਾਰੇ ਇਹ ਹਾਂਜੀ ਬਹੁਤ ਵਧੀਆ ਖੇਡ ਰਹੇ ਆ ਬਹੁਤ ਵਧੀਆ ਗੇਮ ਦਿਖਾ ਰਹੇ ਆ ਤੇ ਨਸ਼ੇ ਪੱਤੇ ਤੋਂ ਦੂਰ ਆਏ ਖੇਡਣ ਦਾ ਬਾਲੇ ਵਧੀਆ ਨਵੇਂ ਟਾਈਮ ਖੇਡਣਗੇ ਲੌਂਗ ਟਾਈਮ ਖੇਡਣਗੇ ਨਸ਼ਾ ਪੱਤਾ ਕਰਨਗੇ ਆਪਾਂ ਨਸ਼ੇ ਪੱਤੇ ਦੇ ਬਾਈ ਸਹਿਮਤ ਨਹੀਂ ਹੈਗੇ ਨਸ਼ੇ ਦੇ ਖਿਲਾਫ਼ ਆਪਾਂ ਬਾਈ ਆਪਣੇ ਆਪ ਮੇਰੀ ਇਹੀ ਸੁਝਾਅ ਜਿਹੜੇ ਪਲੇਅਰ ਖੇਡੀ ਜਾਂਦੇ ਆ ਕਿ ਮੇਰੇ ਬਾਈ ਮੇਰੇ ਹੱਥ ਬਾਣ ਕੇ ਬੇਨਤੀ ਆ ਸਾਰੇ ਨੈਚੁਰਲੀ ਖੇਡਣਾ ਲੰਮਾ ਟਾਈਮ ਖੇਡੋਗੇ ਮੈਂ ਬਾਈ 29 ਸਾਲ ਕਬੱਡੀ ਖੇਡਿਆ 40 ਕਿਲੋ ਦਾ ਖੇਡ ਲਗਾਈ 1978 1978 ਦਾ ਮੇਰਾ ਜਨਮ ਆ ਬਾਈ ਜੀ ਅੱਜ ਮੇਰੀ 44 ਸਾਲ ਦੀ ਉਮਰ ਆ ਮੇਰੇ ਨਾਲ ਜਿਹੜਾ ਵੀ ਬੰਦਾ ਛਾਲਾਂ ਲਾਉਣੀਆਂ ਡੰਡ ਮਾਰਨਾ ਮੇਰੀ ਉਮਰ ਤਾਂ ਜਿਹੜਾ ਮਰਜ਼ੀ ਆ ਸਕਦਾ ਜੀ ਡੰਡ ਕਿੰਨੇ ਮਾਰ ਦਿੰਦੇ ਹੋ 200 ਡੰਡ ਮਾਰ ਦਈਦੇ ਡੇਲੀ ਅੱਛਾ ਹਾਂਜੀ ਤੇ ਆਪਦੇ ਬੱਚੇ ਨੂੰ ਵੀ ਕਬੱਡੀ ਖਿਡਾ ਰਹੇ ਹੋ ਕਿ ਨਹੀਂ ਬਾਈ ਜੀ ਆਪ ਬੱਚਿਆਂ ਨੂੰ ਕਬੱਡੀ ਨਹੀਂ ਖਿਡਾ ਰਹੇ ਬਾਈ ਜੀ ਕਾਰਨ ਇਹ ਹੈ ਜੀ ਕਬੱਡੀ ਵਿੱਚ ਡਰੱਗ ਬਹੁਤ ਆ ਗਈ ਹੈ ਕਰਕੇ ਮੇਰੀ ਬੇਨਤੀ ਸਾਰੇ ਜਿੰਨੇ ਵੀ ਪ੍ਰਮੋਟਰ ਤੇ ਜਿੰਨੇ ਵੀ ਮਾਨਕਜਲ ਪਲੇਅਰ ਆ ਇਹਨਾਂ ਨੂੰ ਮੇਰੀ ਇਹੀ ਬੇਨਤੀ ਆ ਕਿ ਬਾਈ ਬਣ ਕੇ ਵੀ ਕਬੱਡੀ ਨੂੰ ਨਸ਼ੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਯਾਨੀ ਕਿ ਕਬੱਡੀ ਨੂੰ ਨਸ਼ਾ ਵੱਲ ਨਾ ਲਿਆਉਣ ਦੀ ਕੋਸ਼ਿਸ਼ ਕਰਨ ਮੇਰੇ ਭਰਾ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਬਾਈ ਜਿੰਨੇ ਵੀ ਭਰੇ ਭਰਾ ਦੇਖ ਰਹੇ ਆ ਪਰ ਤੁਹਾਨੂੰ ਤਾਂ ਜਿਵੇਂ ਉਹ ਜਿਵੇਂ ਹੈਗੇ ਆ ਮੁੰਡੇ ਕਬੱਡੀ ਤੁਹਾਡਾ ਤੁਸੀਂ ਕਬੱਡੀ ਖੇਡੀ ਤੁਹਾਨੂੰ ਉਵੇਂ ਤੁਹਾਡੇ ਬੱਚੇ ਨੂੰ ਵੀ ਕਬੱਡੀ ਖੇਡਣੀ ਚਾਹੀਦੀ ਹੈ ਪਰ ਤੁਸੀਂ ਕਹਿੰਦੇ ਨਹੀਂ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਹੈਗਾਗਾ ਬੱਚੇ ਜੇ ਕੋਈ ਕਬੱਡੀ ਨਹੀਂ ਖੇਡਣਾ ਚਾਹੁੰਦੇ ਵਾਲੀਬਾਲ ਦੀ ਗੇਮ ਖੇਡ ਸਕਦੇ ਆ ਵਾਲੀਬਾਲ ਸਮੈਸ਼ਿੰਗ ਖੇਡ ਸਕਦੇ ਆ ਫੁੱਟਬਾਲ ਖੇਡ ਸਕਦੇ ਆ ਹੋਰ ਵੀ ਕੋਈ ਗੇਮ ਰੈਸਲਿੰਗ ਕਰ ਸਕਦੇ ਆ ਪਰ ਕਬੱਡੀ ਤੋਂ ਮੈਂ ਥੋੜ੍ਹਾ ਜਿਹਾ ਚੱਲਿਆ ਮੈਂ ਆਪ ਹੀ ਬਾਬਾ ਫਰੀ ਕੋਤੀ ਦੇ ਅੰਗਲ 'ਚ ਭਲਵਾਨੀ ਕੀਤੀ ਹੈ ਬਾਬਾ ਫਰੀ ਕੋਤੀ ਦੇ ਅੰਗਲ 'ਚ ਜੂਨੀਅਰ ਲੈਵਲ 'ਤੇ ਮੈਂ ਕੋਲ ਆਇਆ ਸਿਲਵਰ ਮੈਡਲ ਭਲਵਾਨੀ ਬੈਟਰ ਬਹੁਤ ਬਿਹਤਰ ਹੈ ਭਲਵਾਨੀ ਜੀ ਬਹੁਤ ਜ਼ੋਰ ਹੁੰਦਾ ਬੰਦੇ ਨੂੰ ਬਹੁਤ ਖਰਾਬ ਬਣੀ ਵਧੀਆ ਤੇ ਗੇਮ ਇਕੱਲੇ ਨਾ ਇਕੱਲੇ ਦੀ ਗੇਮ ਆ ਜੀ ਬੰਦੇ ਦਾ ਪਤਾ ਲੱਗ ਜਾ ਤੇ ਕੰਤੇ ਪੱਖੀ ਨਾਲ ਯਾਰੀ ਹੈ ਤੁਹਾਡੀ ਹੈ ਕੰਤਾ ਪੱਖੀ ਆਪਣਾ ਭਰਾ ਜੀ ਆਪਣੀ ਗੋਡਾ ਭਰਾ ਨਾਲ ਆਪਣੇ ਨਾਲ ਤੇ ਉਹਦੇ ਮੁੰਡੇ ਨਾਲ ਵੀ ਆਪਣੀ ਗੋਡਾ ਤੇ ਹੁਣ ਉਹਦੇ ਚੇਲੇ ਚੁਲੇ ਬਣ ਜਾ ਕਬੂਤਰ ਬਾਜੀ ਬਹੁਤ ਜਿੱਤਾ ਬਾਈ ਨੇ ਕਬੂਤਰ ਮੇਰੇ ਪਹਿਲਾਂ ਰੱਖੇ ਹੁੰਦੇ ਸੀ ਪਰ ਮੈਂ ਛੱਡਤੇ ਤੇ ਰਾਮ ਔਲਖ ਆਪਣਾ ਭਰਾ ਉਹਦੇ ਨਾਲ ਵੀ ਆਪਣੀ ਪੂਰੀ ਗੋਡਾ ਆਪਣਾ ਭਰਾ ਦੀ ਬਹੁਤ ਸਪੋਰਟ ਆਪਾਂ ਨੂੰ ਰਾਮ ਔਲਖ ਦੀ
अपना भरा गोपी कपूर अपना पूरी सपोर्ट है। पुराने यार कबड्डी वाले ने मेरा बहुत वड्डे लेवल से मान सम्मान किया भाई। एक मोटरसाइकिल गुरतेज वाला टहना उन्हें भी अपना भाई जी 11,000 इतना अच्छा मान सम्मान किया। भाई राजेंद्र भाणा इंटरनेशनल कबड्डी खिलाड़ी उन्हें अपना फ्रिज दे के मान सम्मान किया। पूरा मैच फसिया कि नंबर है जी मैच के मैच पूरा टाइट फैसला टल है अंक किने किने ने एक जफे का फर्क है जेकर हो तो उसको कूट दिता धौल की थान से जोड़ा खिलाड़ी मारे लफर सहना पॉइंट पूरे फसवा मैच बहुत सत्कार योग सोझे हुए रेफरी आए ने शानदार ये टूरनामेंट दूसरा साल साल तुहाडा साथ चाहिए वीरो इसे तरह ही कबड्डी कप नूं जारी रखना मार सोनिया केंची रेडर सुका जाएगा मार सोनिया केंची की रेडर सुका जाएगा और कृपा करके आने वाले मैचों दी सारिया डीलां नोट कर लैण वी जिहड़ा फैसला रेफरी ने करता उही अटल होवेगा कोई रीप्ले नहीं ते कोई भी उस तो बाद कोई सुनवाई नहीं जिहड़ा फैसला रेफरी ने करता उही अटल होवेगा। सामने कहिंदे पैंदी होई कबड्डी आ इहदा पीता नाम आ सामने कहिंदे चारा याफियां दी घुमदी होई चैन आ हुण देखांगे कितों की बनदा किदा भी रहिंदा के मुर्दा इहदा कहिंदे समय दी गल होणी आ। पीता कहिंदे सिंह दी घोड़ी वांगू भज्जिया हुंदा वा सामने पैंदी होई कबड्डी आ ते उस्ताद जी करियो गल मुंडा हां तुरिया हुंदा हां कहिंदे पुल्ले वाला जवान कहिंदे रे पौंद ले आ गया के दुध मक्खणा दे नाल पले गद्दू नूं पुज के शकीन भई रिंजा ला के अपने बनाए लगदे मुखड़े हसीन भई आओ बल्ले बल्ले ए भी प्रकार सिद्धू ने बोल बोले ले भी पुल्ले वाला आओ पुल्ले वाला जट कहिंदे आओ चलिया पॉइंट रेंडर दे हिस्से लड़ गया इहदे साडा सैजी भरा पहुंचिया जिहने पहली किताब कहिंदे डंगाण वाले बिट्टू ते लिखी ते दूजी किताब साडे भरा ने तूता वाले गरजीत ते लिखी साडा भरा पहुंचिया सैजी धन्नवाद करते हैं। सो कबड्डी का मैच भी बहुत तकड़ा ते कबड्डी दे इतिहास दीआं बहुत तकड़ियां गल्लां ने ओ पैगी रेड पीते दी ओ देख नजारा ओ बल्ले इत्थे रख ओ मुंडा खिचदा लावी पीतिया ओ पॉइंट लैणा पैणा ओ जित्ते दे लई कुछ करना पैणा जफे लाउंदा की प्लान गलांू कले चित्र छे
समय दी गल होगी बल्ले 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 के लख पानी पा लीए मित्रों सूर खुले वाले लगता जफा लगता होया उधर सदे भाई जी गोरा पंट जी साधक तो पहुंचे ने धमाल कर भेजे ने अगर पक्षी गलों के बच्चे गलां एन टिकाने गलां एन सिरे रखी पे अलोक सिंह जी ढिलों साहब घलूर पिंड वाले कनेडा तो कहते लाइव में बैठे ने सामने कहते पीते का फड़िया होया गिटा वा हूं देखा गल की बनेगी और कहते तीन सकेंडा की गेम लगता हुआ चार पतंदर आ उस्तादा चार रखते जेडे चार पतंदर आज मासी का पुता देखते हैं किकने कि बल्ले बल्ले हुंदी होई लाला लाला दो खिलाड़ियों के दरम्यान लगता होया जोर पर नंबर सदे वाली गभरू ने अपनी टीम के खाते में जी जोर दिता है अगली कबड्डी मैनू लगता सादा हरविंदर ने पानी हरविंदर नौजवान कबड्डी और चोटी का मैच है कृपा करके इस तो अगला पिपली बाबा कान फिर कबड्डी पक्षी करा एक दो रिंगा बाकी ने बहुत तगड़ा मैच कर लिया सामने मुंडे ने कहते पीते पत्त कर छड़िया फड़िया हुआ गेटा वा कृपा करके प्रबंधक कमेटी नियुक्त कर लगे साडी टेक्निकल कमेटी गिलदे वाले दी टीम जेतू रही है जी अमन मतलब की गेम प्लान से अज तरह मतलब थोड़ा प्लान की टीम बड़ी मैच मैच बड़ा टेढ़ा सी मैनूं कढ़ण वास्ते की प्लान सी थोड़ा पर टीम वर्क दे हिसाब नाल ही टीम वर्क बना के आ जिहड़ा जफा तू लाया सी किने थोड़ा तकनीकी सी दी तकनीकी ओ मैं कहा सी वे तू दत्त बचाई मैं लगूंगा टाइम करा के करे तो टीम पक्की करा पर रेटर टच लेट आ रहा सेमी होवेगा रेटर पहला ना मैच खेडी 50 ओवर मुड़ के उस तो आया हुणी आया सी आ तां करके सीधा मैच ही आई ग्राउंड च अमन ने फिर अरनी आज करता रोशन सेमी दी टांगा उधर पैण लगीआ बंदे दे जिहड़े जज्बे की गल की है मनोबल की गल की है मनोबल नहीं टुटन दिता सी अच्छा बहुत चंगा लगे तो बलौरे नूं बड़क मारांगे फिर हां मार मेरी एक गल ध्यान रखो गोल्डी खा जे ता मुंडा खेडिया नहीं पहला जिंदा अच्छा हां बहुत बढ़िया लगे ते मैं स्पेशल थानू मिलना है गल ता सुन लो अच्छा मैं कहा भाई जी नूं जरूर मिलना चाहिदा ते मैनूं थोड़ा नावल जिहड़ा उहदे जिहड़े तुसीं शब्द वरते है शब्द भी मैनूं बहुत चंगे लगे है शब्दां दे पक्ष तो भी मैं थोड़ी सलाघा करदा थोड़े बलौरा नावल जी ते बहुत चंगा लग्या मैं इस गल्लों कामना करदा भी भाई जिहड़े खिलाड़ी पहला खेडे ओह खेडे सैद दी चोली होर भी बहुत कुछ पाऊं बहुत चंगा लग्या थोनू मिल के भी ते थोड़ा नावल पढ़ के जिवें बाबा गदौड़ा फिरी जांदा इदां गदौड़ा फेर देना वा ते भाई 75 दिया टंगा पै गया कमेटी तो सेवा करनी है तनो मनो ला के रह रात का मौका रब नूं जाणे मेरा सूल है पैसा मैं मंगना नहीं गा सेवा करनी है जिन्नी भी हो सके उन्नी थोड़ी
ਹੁਣ ਮੈਨੂੰ ਕਮੇਟੀ ਵਾਲੇ ਮੁੰਡੇ ਕਹਿੰਦੇ ਸੀ ਬਾਬਾ ਸੇਵਾ ਤੂੰ ਬਹੁਤ ਕੀਤੀ ਹੈ ਪਰ ਮੈਂ ਕਿਹਾ ਜੀ ਉਹਨਾਂ ਨੇ ਮੈਨੂੰ ਰੋਕਿਆ ਸੀਗਾ ਨਾਲੇ ਹੁਣ ਅਤੇ ਮੈਂ ਫਿਰ ਵੀ ਲੱਗਾ ਵੀ ਸੇਵਾ ਕਰਨੀ ਹੈ ਆਹ ਹੁਣ ਖੱਬੇ ਪਏ ਸੀਗੇ ਖੱਡੇ ਅਤੇ ਮੈਂ ਕਿਹਾ ਵੀ ਕਰਨੀ ਕਰਨੀ ਹੈ ਮੈਥੋਂ ਨਹੀਂ ਜਰੇ ਆ ਅਤੇ ਬੱਚੇ ਆਪਣੇ ਨਗਰਾਂ ਦੇ ਆਪਣੇ ਚੰਨੇ ਬੰਨੇ ਦੇ ਬੱਚੇ ਆ ਕੋਈ ਮੈਂ ਇਹ ਨਹੀਂ ਸੋਚਦਾ ਕਿ ਮੇਰਾ ਮੋਗਾ ਜ਼ਿਲ੍ਹਾ ਅਤੇ ਮੈਂ ਫਰੀਦਕੋਟ ਜ਼ਿਲ੍ਹੇ 'ਚ ਫਿਰਦਾ ਮੈਂ ਆਪਦਾ ਜ਼ਿਲ੍ਹਾ ਸਮਝ ਕੇ ਆਪਦਾ ਨਗਰ ਸਮਝ ਕੇ ਕੰਮ ਕਰਦਾ ਚੰਦ ਪੁਰਾਣਾ ਮੇਰਾ ਪਿੰਡ ਆ ਮੱਘਰ ਮੇਰਾ ਨਾਂ ਪਿਤਾ ਦਾ ਨਾਂ ਅਮਰ ਸਿੰਘ ਆ ਅੱਛਾ ਪਹਿਲਾਂ ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ ਹਾਂਜੀ ਮੈਂ ਕੁਛ ਸਮਾਂ ਜਵੇਰ ਆਲਮਾਲਾ ਦੇ ਨਾਲ ਖੇਡਿਆ ਅਤੇ ਮੇਰਾ ਪਿਆਰ ਆ ਮੈਨੂੰ ਸ਼ੌਂਕ ਆ ਆਪਣੇ ਕਬੱਡੀ ਦਾ ਅਤੇ ਮੈਨੂੰ ਜਵੇਰ ਆਲਮਾਲਾ ਮੈਨੂੰ ਇਹਨੇ ਬੜਾ ਕਿਹਾ ਮੈਂ ਕਰਦਾ ਨਹੀਂ ਸੀ ਮੈਂ ਸਾਲ ਲੰਘਾਤਾ ਸੀਗਾ ਅਤੇ ਪਿੰਡ ਸਾਡੇ ਕੱਪ ਹੋਇਆ ਸੀਗਾ ਚੰਦ ਪੁਰਾਣੇ ਪੀਰ ਬਾਬਾ ਬਹਾਦਰ ਸ਼ਾਹ ਦੀ ਜਗ੍ਹਾ 'ਤੇ ਇਹ ਮੈਨੂੰ ਕਹਿੰਦਾ ਵੀ ਕੀ ਗੱਲ ਘਰ ਤੋਂ ਨਹੀਂ ਇਹ ਕੰਮ ਕਰਦਾ ਫਿਰ ਮੈਨੂੰ ਲੱਗਣਾ ਪਿਆ ਮੈਂ ਕੋਟਲੇ ਵਾਲੇ ਕੱਪ 'ਤੇ ਸੀਗਾ ਉੱਥੇ ਚਾਰ ਵੱਜ ਗਏ ਮੈਨੂੰ ਕਹਿੰਦਾ ਜੇ ਤੂੰ ਚਾਰ ਹੀ ਵਜਾਉਣੇ ਤੂੰ ਸੇਵਾ ਕਾਹਤੋਂ ਨਹੀਂ ਕਰਦਾ ਫਿਰ ਇਹ ਮੈਂ ਕੰਮ ਜੀ ਕੀਤਾ ਉਸ ਤੋਂ ਬਾਅਦ ਸਾਡੇ ਪਿੰਡ ਦਾ ਅਮਨ ਚੰਦ ਪੁਰਾਣਾ ਆਸਟ੍ਰੇਲੀਆ ਚਲਿਆ ਗਿਆ ਉਹਦਾ ਵੀਜ਼ਾ ਲੱਗਿਆ ਖੇਡਣ ਗਿਆ ਮੇਰਾ ਉਹਦੇ ਨਾਲ ਪਿਓ ਪੁੱਤਾਂ ਦਾ ਸੰਬੰਧ ਹੈ ਸਾਡੇ ਪਿੰਡ ਦਾ ਜੱਸਾ ਪਲੇਅਰ ਹੈ ਉਹਦੇ ਨਾਲ ਵੀ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਮੈਨੂੰ ਬੜਾ ਪਿਆਰ ਕਰਦੇ ਆ ਆਪਦੇ ਮਾਤਾ ਪਿਤਾ ਸਮਝਦੇ ਆ ਮੈਨੂੰ ਬੜਾ ਪਿਆਰ ਕਰਦੇ ਜੱਸੇ ਨਾਲ ਅਤੇ ਅਮਨੇ ਨਾਲ ਮੇਰਾ ਪਿਓ ਪੁੱਤਾਂ ਵਾਲਾ ਸੰਬੰਧ ਸ਼ੌਂਕ ਹੈ ਵੀ ਮੈਂ ਸਬਰ ਕਿਤੇ ਸੇਵਾ ਕਰਾਂ ਮੈਨੂੰ 2-2.5 ਸਾਲ ਹੋ ਗਏ ਆ ਜੀ ਮੈਨੂੰ ਸ਼ੌਂਕ ਹੈ ਮੈਨੂੰ ਕਬੱਡੀ ਦਾ ਮੁੱਢ ਮੈਨੂੰ ਬਚਪਨੇ ਤੋਂ ਸ਼ੌਂਕ ਹੈ ਤੁਹਾਡਾ ਫੇਵਰਟ ਪਲੇਅਰ ਕਿਹੜਾ ਜੀ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਫੇਵਰਟ ਪਲੇਅਰ ਫੇਵਰਟ ਜੀ ਮੈਂ ਸਭ ਤੋਂ ਵਧੀਆ ਕਿਹੜਾ ਪਸੰਦ ਦਾ ਪਲੇਅਰ ਆ ਤੁਹਾਡਾ ਪਿੰਡ ਦਾ ਸਾਡੇ ਜੱਸਾ ਅਤੇ ਅਮਨ ਚੰਦ ਪੁਰਾਣਾ ਅਤੇ ਜਾਫੀ ਮੈਂ ਮੰਨਦਾ ਹੈ ਸੋਹਣਾ ਜਲਾਲਾਬਾਦ ਗਿਆ ਬੜਾ ਬਹੁਤ ਤਕੜਾ ਜਾਫੀ ਸੀ ਸੋਹਣਾ ਜਲਾਲਾਬਾਦ ਗਿਆ ਮੈਂ ਉਹਨੂੰ ਮੰਨਦਾ ਅਤੇ ਉਦੋਂ ਬਾਅਦ ਆ ਕੇ ਪਾਲਾ ਜਲਾਲਪੁਰ ਗਿਆ ਭਲਾ ਕਿਸੇ ਵੀ ਜ਼ਿਲ੍ਹੇ ਦਾ ਮੁੰਡਾ ਹੋਵੇ ਮੁੰਡੇ ਤਾਂ ਆਪਣੇ ਪੰਜਾਬ ਦੇ ਹੈ ਅਤੇ ਮੈਂ ਕਬੱਡੀ ਦੇ ਪੁੱਤ ਆ ਹਾਂ ਕਬੱਡੀ ਦੇ ਪੁੱਤ ਆ ਉਹ ਹਮਣਾ ਚੰਦ ਪੁਰਾਣਾ ਉਹਨੂੰ 5 ਲੱਖ ਰੁਪਈਆ ਦਿੱਤਾ ਦੁੱਲਾ ਬੱਗੇ ਅਤੇ ਪਾਲਾ ਜਲਾਲਪੁਰ ਗਿਆ ਅਤੇ ਉਹਨੇ ਕੋਠੀ ਪਾਈ ਉਹਨੇ ਨੇ ਹੁਣ ਉਹਨਾਂ ਨੇ ਬਹੁਤ ਸਹਾਇਤਾ ਕੀਤੀ ਪਾਲੇ ਨੇ ਉਸੀ ਤਾਂ ਉਹਨੇ ਨੇ ਤਾਂ ਕਰਨਾ ਹੀ ਕਰਨਾ ਹੈ ਉਹਨਾਂ ਦੀ ਅਕੈਡਮੀ 'ਚ ਖੇਡਦਾ ਅਤੇ ਮੈਂ ਉਹਨਾਂ ਦਾ ਬਹੁਤ ਪਿਆਰ ਕਰਦਾ ਅੱਛਾ ਪਾਲੇ ਨੇ ਘਰ ਪਾ ਕੇ ਦਿੱਤਾ ਸੀ ਹਾਂਜੀ ਉਹਨਾਂ ਨੇ 5 ਲੱਖ ਰੁਪਈਆ ਦਿੱਤਾ ਸੀ ਹਾਂਜੀ ਬਹੁਤ ਮੈਨੂੰ ਹੌਸਲਾ ਹੋਇਆ ਵੀ ਵਧੀਆ ਗਰੀਬ ਬੰਦਾ ਵਿਚਾਰਾ ਉਹਦੀ ਮਦਦ ਕੀਤੀ ਹੈ ਬੜਾ ਬੀਬਾ ਬੰਦਾ ਹੈ ਇਹ ਜੱਸਾ ਵੀ ਬੜਾ ਵਧੀਆ ਪਲੇਅਰ ਹੈ ਸੋਹਣਾ ਪਲੇਅਰ ਹੈ ਭਲਾ ਮਾਨਸਾ ਕੋਈ ਚੱਕਰ ਨਹੀਂ ਜਿਵੇਂ ਪਾਲੇ ਨੇ ਮਦਦ ਕੀਤੀ ਹੋਰਾਂ ਪਲੇਅਰਾਂ ਨੂੰ ਵੀ ਕਰਨੀ ਚਾਹੀਦੀ ਹੈ ਹਾਂਜੀ 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 ਮੁੰਡਾ ਭਲਾ ਮਾਨਸਾ ਹੋਰ ਵੀ ਪਲੇਅਰ ਬਹੁਤ ਚਾਹੁੰਦੇ ਆ ਚੰਗੇ ਵਧੀਆ ਪਲੇਅਰ ਆ ਉਹਦਾ ਪਿਆਰ ਕਰਦੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਲੇਅਰ ਵੀ ਕਈ ਵਾਰੀ ਕਮੇਟੀਆਂ ਨੂੰ ਤੰਗ ਕਰਦੇ ਨੇ ਬੜੀ ਸ਼ਰੀਫ ਕਮੇਟੀ ਆ ਬੜੇ ਚੰਗੇ ਕਮੇਟੀ ਵਾਲੇ ਭਰਾ ਨੇ ਔਰ ਪਰ ਭਾਜੀ ਕੀ ਮੁੱਦਾ ਇਹਦਾ ਕੀ ਲੋੜਾ ਜੋ ਅਸੀਂ ਵੇਖ ਰਹੇ ਹਾਂ ਸਾਨੂੰ ਕਬੱਡੀ ਨਾਲ ਧੱਕਾ ਹੋ ਰਿਹਾ ਇੱਕ ਤਰ੍ਹਾਂ ਅਸੀਂ ਵੇਖੀਏ ਮੁੱਦਾ ਕੀ ਹੈ ਸਹੀ ਇਤਰਾਜ ਲਾਇਆ ਉਹਨੇ ਹਰ ਵਾਰ ਇਤਰਾਜ ਲਾ ਕੇ ਅੱਧਾ ਦਾ ਘੰਟਾ ਕਮੇਟੀ ਦਾ ਖਰਾਬ ਕੀਤਾ ਆਏ ਵਾਰੀ ਮੈਚ ਤੇ ਰੌਲਾ ਪਾਉਂਦੇ ਹੌਸਲਾ ਬਜਾਈ ਤਾਂ ਕਰਾਂਗੇ ਥੋੜਾ ਬਹੁਤ ਉਹਨਾਂ ਦਾ ਕਿਉਂਕਿ ਸਾਡੇ ਪਿੰਡ ਤੱਕ ਆਏ ਆ ਹਨਾ ਉਹ ਕਮੇਟੀ ਨਾਲ ਤੁਹਾਡਾ ਕਿਹੜਾ ਦਾਮ ਸਾਰੇ ਲਾਈਦੇ ਸੀ ਅੱਛਾ ਕਿਹੜਾ ਪਹਿਲਵਾਨ ਫਿੱਟ ਆਇਆ ਸੀ
ਰੁਸਤਮ ਹਿੰਦ ਹੋਏ ਨਹੀਂ ਨਹੀਂ ਮੇਲਾ ਚੱਲ ਰਿਹਾ ਹੈ ਇਹ ਖਾੜੇ ਚ ਖਾੜੇ ਚ ਖੇਡੇ ਆ ਸੂਰਤ ਤੋਂ ਵੇਖ ਰਹੇ ਆ ਜਿਹੜਾ ਕਾਲਜ ਪੜ੍ਹਦੇ ਰਹੇ ਆ ਉਦੋਂ ਖਾੜਾ ਖੇਡੇ ਆ ਅੱਛਾ ਵੀ ਸਾਰੇ ਕਿਰਪਾ ਕਰਕੇ ਰੱਬ ਖਿਡਾਰੀਆਂ ਨੂੰ ਕਿੰਨੀਆਂ ਆਵਾਜ਼ਾਂ ਦਿੱਤੀਆਂ ਸਾਰੇ ਵੀਰਾਂ ਨੂੰ ਬੇਨਤੀ ਆ ਸੈਂਟਰ ਲਾਈਨ ਤੇ ਸਰਪੰਚ ਵੱਲੋਂ ਪਈ ਜਾ ਰਹੀ ਚਾਹ कृपा करके मैच विखाई जाता दुनिया कबड्डी पाओ नी बरसे बिजली गड़के भिज गई नाने तूड़िया बारे भिज गए चरखे लो देखो इसलिए हम कबड्डी पै गई है के ना चरखे ना पूड़िया भिजिया पर अज तक कहते शरीर भिजे पे गुड़के पैगी कबड्डी थले इथे रखे है मारिया टे पॉइंट रेडर के हिस्से पॉइंट कहते रेडर के हिस्से आते बाबा एन कहते ढेरिया मथा टेक के एन पखी करो के बेड़े कबड्डी पाने लिए बढ़िया हुआ वा हूं देखा कि नारायण गभरू बल्ले बल्ले करवाएगा जिन्ना भी कुछ भाई मालिक ने दिता बहुत दिता पर भाई कहना भी आप समाज की सेवा करनी है जेड़ा बाबे नानक ने सरबत का भला दसिया करना फरीदकोट मेडिकल लाइव चल रहा है जे किसी भी वीर को किसी प्रकार की लोड़ हो भाई वर्ग ने संपर्क कर सकता भाई वर्ग कहते भी जिन्हें जोगे हैं उन्होंने खड़ा के नाल भाई गोपी पक्षी का धन्यवाद है अगली कबड्डी पाने वादा जा रहा है पक्षी तोड़ी दस रेट पी है उधर पास जोत कहते दाना आ गया दाना खेल मेला बल्ले बल्ले पक्षी का खेल मेला आ मुंडा भी कहते पाली अत करवा आ मुंडा भी कहते पाली अत पक्षी जश्न तगड़ा हो गया वो मेला कहते भरता मेला कहते भरता टक्कर 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 उधरे पासे पक्षी वाला पक्षी वाले ओ पक्षी वाले जाफी जफा लावेगा जस्सी वालों सौ दिता जाएगा चन्नी वालों कहते सौ दिता जाएगा कहते भी हुसला जिन्हें भी जफे लावेगा हुसला उधर दो सौ दिते जाएंगे उधर के पास कबड्डी फिर भाई रूपे वाला दीपा है मेरे भी टीम की सहमति के नाल दीपा डगोर माने वाला भुला पांच टाचर तीन जफे बेस्ट जाफी ढुला है मेरे भीरों
ਕੁਲਨਾਥ ਟੱਕਰ ਵਾਲਾ ਬੈਸਟ ਜਾਫੀ ਹੈ, ਭਾਈ ਰੂਪੇ ਵਾਲਾ ਦੀਪਾ ਬੈਸਟ ਰੇਟਰਾ ਤੇ ਨਾਲ ਟੀਮ ਦੀ ਸਹਿਮਤੀ ਦੇ ਨਾਲ ਦੀਪਾ ਟੱਕਰ ਵਾਲਾ। ਦੋਵਾਂ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਾਂ। ਫਸਟ ਟੀਮ ਟੱਕਰ ਵਾਲੇ ਦੀ ਸੈਂਗਲ ਟੀਮ ਬਾਕੀਆਂ ਨੇ ਮੇਰੀ ਜੀ। ਦੋਵਾਂ ਟੀਮਾਂ ਦਾ ਪ੍ਰਾਈਜ ਲੈ ਲੈਣ बेस्ट रेडर भाई रूपे वाला दीपा है मेरे वीरो। बेस्ट रेडर भाई दीपा है भाई रूपे वाला ते नाल टीम दी सहमति दे नाल सरपंच साहब ने जगमग जगमग करते। सरपंच साहब सारे भरावां दा ते सारे नगर दा साडे दा बहुत बहुत जवाहर नाल सुमेह दे ਬਰਵਿੰਦਰ ਦਾਣਾ ਮਨਾ ਵੀ ਹੈ ਸਾਡੇ ਮਲਾਜਮ ਸਾਡੇ ਫੌਜੀ ਸਾਹਿਬ ਸਾਡੇ ਬਹੁਤ ਸਾਰੇ ਫਾਈਟਰ ਸਰਲ ਧਰਵਾ ਤੇ ਪ੍ਰਾਈਜ਼ ਦਿਓ ਭਾਜੀ ਹੁਣ ਜਲਦੀ ਪ੍ਰਾਈਜ਼ ਵਾਲੇ ਆਓ ਭਾਈ ਯਾਰ ਆਓ ਵੀ ਆਓ ਜੀ। ਫਸਟ ਟੀਮ ਟੱਕਰ ਮਨਾ ਫਸਟ ਕੋਲੇ ਪ੍ਰਾਈਜ਼ ਲੈਣੋ ਵੀਰ ਸੈਕਿੰਡ ਟੀਮ ਆਓ ਜੀ ਸੈਕਿੰਡ ਵਾਦੀਆਂ ਦੀ ਟੀਮ ਆਓ ਵਾਦੀਆਂ ਜੱਸੀ ਆਓ ਨਾਮ ਪ੍ਰਾਈਜ਼ ਲਓ ਵੀਰ टूर्नामेंट दी कबड्डी 75 किलो दी सैकंड टीम वादियां दी है। फर्स्ट टीम डगर मारी दी। रुक जाओ ओ भैया पहले मेरे मारो जो सलाम करते हैं भैया ये भी कट जाएंगे। आओ जी डगर मारी फर्स्ट रविंद्र आओ भी ना रविंद्र को ले फर्स्ट टीम आओ जी फर्स्ट डगोर माना आओ जी डगोर माना चले आओ फर्स्ट टीम डगोर माना दी आज दे टूर्नामेंट दा बेस्ट रीडर है दीपा भाई रूपे वाला ते टीम दी सहमति दे नाल सीता डगोर माना ते बेस्ट जाफी ਭੁੱਲਾ ਟੱਕਰ ਮਾਣਾ ਤੇ ਡਾਣੇ ਮਾਣੇ ਵਾਲਾ ਕਰਦੇ ਨੇ ਬਸ ਜਾਫੀ ਹੈ। ਫਸਟ ਟੀਮ ਆਈ ਟੱਕਰ ਮਾਣੇ ਦੀ ਤੇ ਸੈਂਕੜ ਬਾਤੀ ਆ ਸੂਰੇ ਵਾਲਿਆ ਬੈਸਟ ਵਾਲੇ ਆ ਜੋ ਵੀ ਰੇਡਰ ਤੇ ਯਾਰ ਉਹ ਫੜਾਓ ਯਾਰ ਬੈਸਟ ਵਾਲੇ ਮੁਬਾਰਕਬਾਦ ਮੁਬਾਰਕਬਾਦ ਬੈਸਟ ਰੇਡਰ भाई रूपे वाला दीपा नाल सीपा टकोर वाला टीम दी सहमति दे नाल ते नाल टकोर माने वाला कुल्ला बेस्ट जाफी ते बेस्ट रेडर भाई रूपे वाला दीपा। मुबारकबाद भाजी टूर्नामेंट की अगली बार आप कई तरीक रख रहे हैं ਜਿੰਦਗੀ ਦਾ ਬਸ ਪੈਸਾ ਬੜੀ ਰੌਣਕ ਬਣਾਈ ਧੰਨਵਾਦ ਥੈਂਕ ਯੂ।